ਵਧੀਆ ਚੀਜ਼ ਦਿਖਾਉਣੇ ਤੁਹਾਨੂੰ ਇੰਨੀ ਟੇਸਟੀ ਨਾ ਬਾਜ਼ਾਰ ਚ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਸਭ ਤੋਂ ਉਮੀਦ ਕਰਦੇ ਸਭ ਵਧੀਆ ਹੋਵੋਗੇ ਅਤੇ ਅੱਜ ਅਸੀਂ ਚੱਲੇ ਹਾਂ ਫੌਜੀ ਦੇ ਘਰ ਕੜਾਈ ਚੜ੍ਹਨੀ ਅੱਜ ਤਿਆਰੀਆਂ ਸ਼ੁਰੂ ਹੋ ਗਈਆਂ ਵਿਆਹ ਦੀਆਂ ਰਿਸ਼ਤੇ ਰਿਸ਼ਤੇਦਾਰ ਸਾਹਿਬ ਆ ਗਏ ਆ ਅਤੇ ਅਸੀਂ ਵੀ ਚੱਲੇ ਹਾਂ ਤਿਆਰ ਹੋ ਕੇ ਉੱਧਰ ਬਾਕੀ ਦੇਖਦੇ ਹਾਂ ਉੱਥੇ ਜਾ ਕੇ ਕੀ ਪ੍ਰੋਗਰਾਮ ਅੱਗੇ ਦਿਖਾਉਣੇ ਆ ਤੁਹਾਨੂੰ ਇੱਧਰ ਸਾਰੇ ਹਲਵਾਈਆਂ ਦਾ ਕੰਮ ਚੱਲੀ ਜਾਂਦਾ ਸਾਰੇ ਹਲਵਾਈ ਬੈਠੇ ਹੋਏ ਆ ਇੱਧਰ ਘਰਦੇ ਆ ਸਾਰੇ ਅਤੇ ਆ ਬਾਈ ਵਰਗੇ ਹਲਵਾਈ ਬਾਈ ਕੀ ਬਣਾਉਂਦੇ ਹੋ ਇਹਦੇ 'ਚ ਲੱਡੂ ਲੱਡੂ ਕੱਢਦੇ ਹੋ ਚਾਸਨੀ ਬਣ ਰਹੀ ਹੈ चंगा लड्डू कढ ले इधर जलेबियां बनी जांदियां जलेबियां का रंग वधिया पूरा पूरी चाशनी चुशनी तैयार उधर बाई जलेबियां कढ़ी जांदा वो बाई अरगे बैठे उधर टेंट का काम चल रहा टेंट उधर लगना परसों जागो है उधर सारा टेंट का काम चली जांदा टेंट लाई जांदे है इस पास खेत है तो आजी बाई का घर है असं कोठे से खड़े सी आसे पास सारे पास खेत ही खेत है दोपहर का मौसम है आ बाई अर्ग उत्ते बैठे है ਇਹ ਆਪਦੀਆਂ ਗੱਲਾਂ ਬਾਤਾਂ ਮਾਰੀ ਜਾਂਦੇ ਆ ਆ ਫੌਜੀ ਸਾਡਾ ਜਿਹਦਾ ਵਿਆਹ ਹੈ ਇੱਧਰ ਬੈਠੇ ਗੱਲਾਂ ਬਾਤਾਂ ਕਰੀ ਜਾਂਦੇ ਆ ਇਹ ਹੋਰ ਜੀ ਕੀ ਹਾਲ ਚਾਲ ਸਾਰਿਆਂ ਦਾ ਵਧੀਆ ਬਾਈ ਜੀ ਤੇ ਜਦੋਂ ਗੋਡਮੈਂਟ ਲੈਣ ਗਏ ਸ਼ਰਮਾ ਜੀ ਕੀ ਹਾਲ ਨੇ ਭਰਾ ਚਾਹ ਚੁੱਪ ਪੀ ਲਈ ਆਪਣੇ ਬੰਦਿਆਂ ਨੇ ਜਲੇਬੀਆਂ ਜਲੂਬੀਆਂ ਪੀ ਲਈਆਂ ਪਕੌੜੇ ਹਜੇ ਤਿਆਰੀ ਚ ਕੰਮ ਪਕੌੜੇ ਦਾ ਦੱਬਾਂਗੇ ਪਕੌੜੇ ਦੱਬਾਂਗੇ 2 ਵਜੇ ਸੇ ਠੀਕ ਹੈ ਜੀ ਇਹ ਤੇ ਫਿਰ ਜਾਗੋ ਦੀ ਸਾਰੀ ਤਿਆਰੀ ਚੱਲੀ ਜਾਂਦੀ ਹੈ ਇਹਦਾ ਟੈਂਟ ਟੁੰਟ ਲੱਗ ਗਿਆ ਆਹ ਸਾਡਾ ਬੰਗਾਲੀ ਟੈਂਟ ਲੱਗ ਗਿਆ ਵਿਆਹ ਤੇ ਇੱਧਰ ਹੋਰ ਲੜੀਆਂ ਲੁੜੀਆਂ ਪਾਈ ਜਾਂਦੇ ਆ ਸਾਰੇ ਕਰੀ ਜਾਂਦੇ ਆ ਬਈ ਅਰਗੇ ਕੰਮ ਤੇ ਇੱਧਰ ਚੱਲੀ ਜਾਂਦਾ ਆਹ ਲੜੀਆਂ ਲੁੜੀਆਂ ਵਾਧੂ ਪਈਆਂ ਦੇਖੋ ਕਿਸੇ ਚੀਜ਼ ਦੀ ਕਮੀ ਨਹੀਂ ਕੋਈ ਵੀ ਫੁੱਲ ਆਪਣਾ ਕੰਮ ਮਤਲਬ ਕਿ ਪੂਰੀ ਲਗਜ਼ਰੀ ਜਾਗੋ ਦਿਖਾਵਾਂਗੇ ਤੁਹਾਨੂੰ ਅਤੇ ਤੁਸੀਂ ਦੇਖਿਓ ਆਹ ਦੇਖੋ ਕਿੱਡਾ ਘੈਂਟ ਟੈਂਟ ਲੱਗਿਆ ਇੱਥੇ ਅਤੇ ਕੱਲ੍ਹ ਨੂੰ ਜਦੋਂ ਮਤਲਬ ਕਿ ਤਿਆਰ ਹੋ ਕੇ ਹੋਊਗਾ ਅਤੇ ਉਦੋਂ ਬਹੁਤ ਹੀ ਸੋਹਣਾ ਲੱਗੂਗਾ ਵਧੀਆ ਲੱਗੂਗਾ ਅਤੇ ਕੱਲ੍ਹ ਦਾ ਮਤਲਬ ਕਿ ਜਾਗੋ ਵਾਲਾ ਬਲੌਗ ਤੁਹਾਡਾ ਦੇਖਣ ਯੋਗ ਹੋਊਗਾ ਬਹੁਤ ਹੀ ਘੈਂਟ ਬਲੌਗ ਕਰਾਂਗੇ ਉਹਦਾ ਜਾਗੋ ਦਾ ਅਤੇ ਇੱਕ ਵਾਰੀ ਹਜੇ ਤਾਂ ਤਿਆਰੀ ਚੱਲੀ ਜਾਂਦੀ ਹੈ ਅਤੇ ਅੱਗੇ ਅੱਗੇ ਚੱਲੀ ਜਾਂਦੀ ਹੈ ਜਿਵੇਂ ਜਿਵੇਂ ਚੱਲੀ ਜਾਂਦੀ ਉਵੇਂ ਉਵੇਂ ਅਸੀਂ ਅੱਜ ਦਾ ਬਲੌਗ ਕਰੀ ਜਾਂਦੇ ਹਾਂ ਕੱਲ੍ਹ ਦਾ ਬਲੌਗ ਕਰਾਂਗੇ ਅਸੀਂ ਜਾਗੋ ਦੇ ਇਕੱਲੇ ਦੇ ਹਾਂਜੀ ਅਤੇ ਆਪਾਂ ਚੱਲੇ ਸੀਗੇ ਹਰਮਨ ਸੀ ਮੇਰੇ ਨਾਲ ਫੌਜੀ ਦਾ ਕੋਟ ਪੈਂਟ ਫੜਨ ਅਤੇ ਤੁਹਾਨੂੰ ਪਤਾ ਹੀ ਹੈ ਵਿਆਹ ਦੇ ਜਿਹੜੇ ਹੁੰਦੇ ਆ ਰੀਤੀ ਰਿਵਾਜ਼ ਆਪਣੇ ਪੰਜਾਬ ਦੇ ਉਹ ਗਾਨਾ ਬੰਨ ਦਿੰਦੇ ਆ ਉਦੋਂ ਮੁੰਡੇ ਨੂੰ ਘਰੋਂ ਬਾਹਰ ਜਾਣਾ ਫਿਰ ਨਹੀਂ ਜਾ ਸਕਦਾ ਗਾ ਆਪ ਨੂੰ ਉਹਨਾਂ ਨੂੰ ਕੋਟ ਪੈਂਟ ਫੜਨ ਚੱਲੇ ਆ ਸਿਉਣਾ ਦਿੱਤਾ ਸੀਗਾ ਅੱਜ ਕਹਿੰਦੇ ਮਿਲ ਜੂਗਾ ਅਤੇ ਹਾਂ ਮੁੱਛਾਂ ਮਾਛਾਂ ਬਣਾਉਣੀਆਂ ਬਾਹਲਾ ਚਾਅ ਕਰੀ ਬੈਠਾ ਵਿਆਹ ਦਾ ਹਾਂਜੀ ਅਤੇ ਫਾਈਨਲੀ ਆਪਾਂ ਪਹੁੰਚ ਗਏ ਹਾਂ ਟੇਲਰ ਦੀ ਸ਼ੋਪ 'ਤੇ ਜਿੱਥੋਂ ਕੋਟ ਪੈਂਟ ਸਵਾਇਆ ਦੇਖਦੇ ਹਾਂ ਕੀ ਆ ਕਹਿੰਦੇ ਆ ਤਿਆਰ ਹੋਇਆ ਕਿ ਨਹੀਂ ਹਾਂਜੀ ਹੋਰ ਜੀ ਕਿਵੇਂ ਹੋ ਵਧੀਆ ਦੇਖ ਰਹੇ ਲਾਈਵ ਦੇਖ ਰਹੇ ਸਾਨੂੰ ਲਾਈਵ ਨਹੀਂ ਅੱਛਾ ਆਪਣਾ ਵਲੌਗ ਹੈ ਉਹਦੇ 'ਚ ਤੁਸੀਂ ਆਵੋਗੇ ਅੱਛਾ ਅੱਛਾ ਠੀਕ ਹੈ ਬਣ ਗਿਆ ਆਪਣਾ ਕੋਟ ਪੈਂਟ ਫਾਈਨਲ ਆ ਰਿਹਾ ਹੈ ਫਾਈਨਲ ਬਾਅਦ ਮੇਂ ਹੁੰਦਾ ਹੈ ਨਾ ਇੱਕ ਮਿੰਟ ਇਹ ਦੇਖੋ ਠੀਕ ਹੈ ਬਾਜੂ ਉੱਪਰ ਨਹੀਂ ਹੈ ਆਪਣੇ ਹੀ ਡਾਊਨ ਹੈ ਠੀਕ ਹੈ ਤੇ ਮਤਲਬ ਕਿੰਨਾ ਕੁ ਟਾਈਮ ਲੱਗ ਜੂ ਹੋਰ ਇਹ ਆਧਾ ਘੰਟਾ ਹੋਰ ਤੁਸੀਂ ਮੈਨਾਂ ਕਰ ਜਲ ਗਿਆ ਆਪਾਂ ਚਲੋ ਕਰੋ ਤੁਸੀਂ ਤਿਆਰ ਫਿਰ ਅਸੀਂ ਮਾੜਾ ਬਿਆਰ ਚ ਕੰਮ ਹੋ ਜਾਏਗੀ ਠੀਕ ਹੈ ਪੋਕਟ ਹਾਂਜੀ ਤੇ ਕੋਟ ਪੈਂਟ ਵਾਲੇ ਆਪਣੇ ਜਿਹੜੇ ਹੈਗੇ ਆ ਉਹਨਾਂ ਨੇ ਅੱਧਾ ਘੰਟਾ ਕਹਿਤਾ ਕਹਿੰਦੇ ਬਟਨ ਬੁਟਨ ਰਹਿੰਦੇ ਆ ਉਹਨਾਂ ਟਾਈਮ ਹਰਮਨ ਕਹਿੰਦਾ ਚਾਹ ਪੀਨੇ ਆ ਘਰੇ ਜਾ ਕੇ ਤੇ ਉਹ ਤੋਂ ਬਾਅਦ ਫਿਰ ਕੋਟ ਪੈਂਟ ਫੜਾਂਗੇ ਮੁੰਡੇ ਨੂੰ ਮੁੱਛਾਂ ਬੰਨਣੀ ਹੈ ਜਿਹਨੇ ਉਹਨੂੰ ਵੀ ਘਰੇ ਲੈ ਕੇ ਆਣਾ ਬਾਕੀ ਹੁਣ ਫਿਰ ਅੱਗੇ ਦਾ ਦੇਖਦੇ ਹਾਂ ਤੇ ਹਾਂਜੀ ਤੇ ਕੋਟ ਪੈਂਟ ਆਪਾਂ ਨੂੰ ਮਿਲ ਗਿਆ ਟੇਲਰ ਨੇ ਸਿਉਂਤਾ ਤੇ ਸਲੂਨ ਵਾਲਾ ਮੁੰਡਾ ਜਿਹੜਾ ਸੀਗਾ ਮਾੜਾ ਮੋਟਾ ਮੁੱਛਾਂ ਮੱਛਾਂ ਸੈੱਟ ਕਰਾਉਣੀਆਂ ਸੀ ਫੌਜੀ ਨੇ ਤੇ ਫੇਸ਼ੀਅਲ ਫੂਸ਼ੀਅਲ ਤੁਹਾਨੂੰ ਪਤਾ ਮੂੰਹ ਮਾ ਸਾਫ਼ ਜਿਹਾ ਕਰਾਉਣਾ ਸੀ ਉਹ ਆਪਾਂ ਘਰੇ ਛੱਡਿਆ ਆ ਤੇ ਥੋੜ੍ਹੇ ਹੁਣ ਅਸੀਂ ਚੱਲੇ ਸੀ ਮੈਂ ਤੇ ਹਰਮਨ ਸ਼ਰਮੇ ਕੋਲੇ ਉਹ ਨਹਾਉਣ ਗਿਆ ਸੀ ਘਰੇ
ਤੇ ਘੁੱਗੀ ਨੂੰ ਲੈ ਕੇ ਆਉਣਾ ਘੁੱਗੀ ਵਲੌਗਸ ਵਾਲਾ ਘੁੱਗੀ ਨੂੰ ਉਹ ਤੋਂ ਬਾਅਦ 'ਚ ਫਿਰ ਵਾਪਸ ਆਉਣੇ ਆ ਘਰੇ ਅਤੇ ਰਾਤ ਦਾ ਪ੍ਰੋਗਰਾਮ ਰੋਟੀ ਪਾਣੀ ਹੁਣ ਤੁਹਾਨੂੰ ਪਤਾ ਹੀ ਆ ਦੋ ਤਿੰਨ ਦਿਨ ਇੱਧਰ ਹੀ ਹੈ ਸਭ ਕੁਛ ਆਪਣਾ ਦੁਪਹਿਰ ਦੀ ਵੀ ਸਵੇਰ ਦੀ ਵੀ ਰਾਤ ਦੀ ਵੀ ਇੱਧਰ ਹੀ ਖਾਣਾ ਹੈ ਉਹਨਾਂ ਨੂੰ ਲੈਣ ਚੱਲੇ ਹਾਂ ਉਦੋਂ ਨੂੰ ਉਹ ਮੁੰਡਾ ਸੈੱਟ ਕਰ ਦੂਗਾ ਅਤੇ ਬਾਜ਼ਾਰ 'ਚ ਕੁਛ ਖਾਂਦੇ ਹਾਂ ਤੁਹਾਨੂੰ ਦਿਖਾਉਣੇ ਹੈ ਇੱਕ ਵਧੀਆ ਚੀਜ਼ ਦਿਖਾਉਣੇ ਤੁਹਾਨੂੰ ਇੰਨੀ ਟੇਸਟੀ ਨਾ ਬਾਜ਼ਾਰ 'ਚ ਟੋਸਟ ਨਹੀਂ ਗੋਲ ਗੱਪੇ ਭਰ ਕੇ ਦਹੀਂ ਨਾਲ ਬਹੁਤ ਟੇਸਟੀ ਬਣਾਉਂਦਾ ਮੁੰਡਾ ਰੇਹੜੀ ਆਪਣੇ ਬਾਜ਼ਾਰ 'ਚ ਲਾਉਂਦਾ ਬਹੁਤ ਪਿਆਰੇ ਉਹਦੇ ਗੋਲ ਗੱਪੇ ਹੈ ਅਤੇ ਆਹ ਵਾਲੇ ਗੋਲ ਗੱਪੇ ਦੇਖੋ ਜੀ ਨਿਕਲ ਬਣਾਉਂਦੇ ਆ ਬਹੁਤ ਸਵਾਦ ਬਹੁਤ ਟਾਈਮ ਦੇ ਅਤੇ ਬਾਕੀ ਤੁਹਾਨੂੰ ਦਿਖਾਉਣੇ ਆ ਤਾਂ ਤਿਆਰ ਹੋ ਗਏ ਇੱਕ ਵਾਰੀ ਤਿਆਰ ਹੋਈ ਜਾਂਦੇ ਆ ਇਹ ਬਣ ਕੇ ਤਿਆਰ ਹੋ ਗਈ ਜੀ ਆਪਣੀ ਪਲੇਟ ਬਹੁਤ ਟੇਸਟੀ ਦੇਖਣ ਜੀ ਮੇਰੇ ਮੂੰਹ 'ਚੋਂ ਪਾਣੀ ਆ ਗਿਆ ਬਾਕੀ ਖਾ ਕੇ ਦੱਸਦਾ ਤੁਹਾਨੂੰ ਮੈਂ ਕਿਵੇਂ ਲੱਗਿਆ ਇੰਨਾ ਸਵਾਦ ਯਾਰ ਸਕੂਨ ਮਿਲਦਾ ਦਿਲ ਨੂੰ ਇੰਨਾ ਸਵਾਦ ਹੈ ਤੁਹਾਡੀ ਪਲੇਟ ਬਣ ਕੇ ਤਿਆਰ ਹੋ ਜਾਂਦੀ ਆਪਦੀ ਖਾਓ ਮੇਰੇ ਵਾਲੇ 'ਚੋਂ ਨਾ ਚੱਕੋ ਬਹੁਤ ਸਵਾਦ ਲਓ ਜੀ ਲਾਈਟਿੰਗ ਹੋ ਗਈ ਹੈ ਸਾਰੀ ਅਤੇ ਬਹੁਤ ਸੋਹਣੀ ਕੀਤੀ ਹੈ ਮੈਂ ਕਹਿੰਦਾ ਜਗਮਗ ਜਗਮਗ ਕਰਾਤੀ ਫੌਜੀ ਕੇ ਘਰੇ ਆਪਾਂ ਬਹੁਤ ਸੋਹਣੀ ਲਾਈਟਿੰਗ ਹੋਈ ਹੈ ਅਤੇ ਆਹ ਬਾਈ ਨੇ ਕੀਤੀ ਹੈ ਆਪਣਾ ਬਾਈ ਬਹੁਤ ਵਧੀਆ ਕੰਮ ਹੈ ਬਾਈ ਦਾ ਵਾਹ ਕਿਆ ਬਾਤ ਹੈ ਸ਼ਰਮਾ ਹੈ ਫਰੀ ਦਾ ਦੇਖ ਕੇ ਮਕਾਨ ਆ ਫੌਜੀ ਤਿਆਰੀ ਹੈ ਫਿਰ ਫੁੱਲ ਦੇਖ ਗੋਰਾ ਆਏਗਾ ਆ ਬਾਈ ਕਰਨ ਆਇਆ ਬਾਈ ਦਾ ਚੰਗਾ ਕੰਮ ਹੈ ਮਲੋੜ 'ਚ ਅਤੇ ਫੌਜੀ ਨੂੰ ਕਰ ਦੂ ਹੁਣ ਬਾਈ ਗੋਰਾ ਰੂਮ ਸੋਹਣਾ ਤਿਆਰ ਕਰਾ ਲਿਆ ਪੱਠੇ ਨੇ ਆਪਣੇ ਨੇ ਹੈਂ